ਇਤਜਾਜ ਕਿਉਂ ਕਰ ਰਿਹਾ ਤੁਹਾਡੇ ਖਿਲਾਫ? ਉਹ ਸ਼ਰਾਬੀ ਆ ਜੀ, ਰੋਜ਼ ਰਾਤ ਨੂੰ ਸ਼ਰਾਬ ਪੀਂਦਾ। ਫਾਰਕ ਆ ਜੀ ਹਰ ਚੀਜ਼, ਭਰਾਵਾਂ ਨੂੰ ਜ਼ਲੀਲ ਕਰਨ ਡਿਆ, ਮੇਰਾ ਕੀ ਕਰਨਾ, ਆਪਣੀ ਬੁੱਢੀ ਮਗਰ ਲੱਗਿਆ ਹੋਇਆ। ਜੀ ਨਾਜ਼ਰੀਨ, ਜੋ ਯਹਾਂ ਪਰ ਆਪਨੇ ਦੇਖਾ ਕਿ ਜੋ ਮਹਿਰਾਨ ਹੈ, ਜੋ ਆਪਣੇ ਹੀ ਵਾਲਦ ਕੇ ਖਿਲਾਫ ਜੋ ਇਤਜਾਜ ਕਰ ਰਿਹਾ ਹੈ, ਜੋ ਉਸਕੋ ਵਿਰਾਸਤ ਮੇਂ ਐਸਾ ਨਹੀਂ ਦਿਆ ਜਾ ਰਹਾ, ਉਸਕੇ ਹੱਕ ਲੈਣੇ ਕੇ ਲੀਏ ਜੋ ਇਤਜਾਜ ਕਰ ਰਿਹਾ ਹੈ, ਤੋ ਉਨਕੇ ਜੋ ਵਾਲਦ ਹੈ ਤੋ ਵੋ ਮੇਰੇ ਸਾਥ ਮੌਜੂਦ ਹੈ, ਤੋ ਇਨਸੇ ਪੁੱਛਤੇ ਹੈਂ। ਅੱਛਾ ਸਰ, ਇਹ ਦੱਸੋ ਕਿ ਜਿਹੜਾ ਤੁਹਾਡਾ ਬੇਟਾ ਜਿਹੜਾ ਹੈਗਾ ਵਾ, ਗਲੀ ਬਾਜ਼ਾਰਾਂ ਦੇ ਵਿੱਚ ਉਹ ਇਤਜਾਜ ਕਰ ਰਿਹਾ ਤੁਹਾਡੇ ਖਿਲਾਫ ਕਿ ਮੇਰਾ ਵਾਲਦ ਜਿਹੜਾ ਹੈਗਾ ਵਾ, ਜਿਹੜੀ ਵਿਰਾਸਤ ਹੈਗੀ ਹੈ, ਜਿਹੜਾ ਕਾਨੂੰਨੀ ਸ਼ਰਈ ਜਿਹੜਾ ਨਾ, ਉਹ ਹੱਕ ਤੁਹਾਡੇ ਕੋਲ ਮੰਗਣਾ ਚਾਹ ਰਿਹਾ, ਤੁਸੀਂ ਨਹੀਂ ਦੇ ਰਹੇ? ਮੈਂ ਸਾਰਾ ਕੁਝ ਦੇ ਬੈਠਾ ਜੀ, ਹਰ ਚੀਜ਼ ਇਹਨਾਂ ਸਾਰਿਆਂ ਨੂੰ ਬਰਾਬਰ ਤਕਸੀਮ ਕਰ ਚੁੱਕੇ ਹੋ, ਘਰ ਬੈਠੇ ਜੀ। ਫਿਰ ਉਹ ਇਤਜਾਜ ਕਿਉਂ ਕਰ ਰਿਹਾ ਤੁਹਾਡੇ ਖਿਲਾਫ? ਉਹ ਸ਼ਰਾਬੀ ਹੈ ਜੀ, ਰੋਜ਼ ਰਾਤ ਨੂੰ ਸ਼ਰਾਬ ਪੀਂਦਾ, ਅਸੀਂ ਪੂਰਾ ਨਹੀਂ ਕਰ ਸਕਦੇ, ਇਹਦੇ ਨਾਲ ਕੰਮ ਕਰਦਾ ਸੀ ਅੰਦਰਾਨ ਨਾਲ। ਤੁਹਾਡੇ ਕਹਿਣ ਦਾ ਮਕਸਦ ਮਤਲਬ ਹੈਗਾ ਕਿ ਜਿਹੜਾ ਉਹ ਜਿਹੜੀ ਵਿਰਾਸਤੀ ਜਿਹੜੀ ਉਹਦੀ ਫਾਰਕ ਆ ਜੀ ਹਰ ਚੀਜ਼, ਟੋਟਲ ਉਹਨੂੰ ਹਿੱਸਾ ਦੇ ਦਿੱਤਾ ਗਿਆ ਵਾ, ਅਤੇ ਫਿਰ ਉਹ ਇਤਜਾਜ ਕਿਉਂ ਕਰ ਰਿਹਾ? ਤੁਸੀਂ ਜੇ ਅਰਸਾ ਦਰਾਸ ਹੋ ਇੱਥੇ ਰਹਿ ਰਹੇ ਹੋ ਮਾਰਕੀਟ 'ਚ, ਫਿਰ ਜਿਹੜੇ ਇੱਥੇ ਮਾਰਕੀਟ ਦੇ ਲੋਕ ਹੈਗੇ ਨੇ, ਮੇਨ ਬਾਜ਼ਾਰ ਆ ਜੜਾਂ ਵਾਲੇ ਦਾ ਜੀ ਜੀ, ਫਿਰ ਤੁਸੀਂ ਇੱਥੇ ਮਾਰਕੀਟ ਦੇ ਤਾਜਰ ਜਿਹੜੇ ਹੈਗੇ, ਉਹ ਐਵੇਂ ਇਹਨਾਂ ਭਰਾਵਾਂ ਨੂੰ ਜ਼ਲੀਲ ਕਰਨ ਡਿਆ, ਮੇਰਾ ਕੀ ਕਰਨਾ, ਮੇਰੀਆਂ ਤਾਂ ਅੱਖਾਂ ਹੀ ਨਹੀਂ, ਮੈਂ ਤਾਂ ਬਹਿੰਦਾ ਹੀ ਨਹੀਂ ਕਿਤੇ ਜੀ, ਘਰ ਪਿਆ ਰਹਿਣਾ, ਸਵੇਰ ਨੂੰ ਮਾਸਾ ਕੋਥੇ ਦੀ ਸੈਰ ਕਰਕੇ ਆਣ ਕੇ ਫਿਰ ਪੈ ਜਾਣਾ। ਜਿਹੜੇ ਅੱਜ ਜਿਹੜੇ ਦੁਕਾਨਦਾਰ ਆ, ਇਹਨਾਂ ਨੂੰ ਜ਼ਲੀਲ ਕਰਨਾ ਚਾਹੁੰਦਾ, ਇਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਾ ਕਾਬਲ ਰਿਹਾ, ਇਹ ਗੱਲ ਸਾਰੀ ਬਾਤ, ਆਪਣੀ ਬੁੱਢੀ ਮਗਰ ਲੱਗਿਆ ਹੋਇਆ।